ਸਾਡੀ ਕੋਈ ਖਾਸ ਮੀਟਿੰਗ ਨਹੀਂ ਹੋਈ। ਅੱਜ ਮੈਂ ਦਰਬਾਰ ਸਾਹਿਬ ਆਇਆ ਸੀਗਾ ਅਤੇ ਮੈਨੂੰ ਪਤਾ ਲੱਗਿਆ ਕਿ ਸਿੰਘ ਸਾਹਿਬਾਨ ਇੱਥੇ ਹੈਗੇ ਅਤੇ ਮੈਂ ਸਿਰਫ ਉਹਨਾਂ ਲਈ ਇੱਕ ਜਾਨਵੀ ਤੌਰ 'ਤੇ, ਕਿਉਂਕਿ ਮੈਂ ਹਜੇ ਤੱਕ ਮੇਰੀ ਮੁਲਾਕਾਤ ਬਤੌਰ ਕਮਿਸ਼ਨਰ ਹੁਣ ਤੋਂ ਨਹੀਂ ਹੋਈ ਸੀ, ਉਹਨਾਂ ਲਈ ਇੱਕ ਨੋਰਮਲ ਮੁਲਾਕਾਤ ਕਰਨ ਵਾਸਤੇ ਅਤੇ ਫਤਿਹ ਬੁਲਾਉਣ ਵਾਸਤੇ ਗਿਆ ਸੀ। ਨਹੀਂ, ਇਹਨਾਂ ਨਾਲ ਕੋਈ ਗੱਲ ਨਹੀਂ ਹੋਈ, ਲੇਕਿਨ ਤੁਸੀਂ ਸਵੇਰੇ ਦੇਖਿਆ ਸੀਗਾ ਮਾਨਯੋਗ ਡੀ ਜੀ ਸਾਹਿਬ ਨੇ ਜਾ ਕੇ ਜਿਹੜੇ ਵੀ ਇੱਥੇ ਸੁਰੱਖਿਆ ਦੇ ਪ੍ਰਬੰਧ ਹੈ ਉਹਨਾਂ ਦਾ ਜਾਇਜ਼ਾ ਲਿਆ ਸੀਗਾ ਅਤੇ ਆਪ ਜੀ ਦੇ ਮੁਖਾਤਬ ਹੋਏ ਸੀ ਅਤੇ ਉਹ ਸਾਰੇ ਪ੍ਰਬੰਧਾਂ ਤੋਂ ਸੰਤੁਸ਼ਟ ਹੈਗੇ ਆ ਅਤੇ ਸਾਡੀ ਕੋਸ਼ਿਸ਼ ਹੋਏਗੀ ਕਿ ਆਉਣ ਵਾਲੇ ਦਿਨਾਂ ਵਿੱਚ ਜੋ ਅਸੀਂ ਪ੍ਰਬੰਧ ਕੀਤੇ ਅਸੀਂ ਇਹਨਾਂ ਨੂੰ ਹੋਰ ਪੁਖਤਾ ਕਰੀਏ।